ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਰਾਜਨੀਤਿਕ ਲੋਕਾਂ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾਂਦਾ ਹੈ, ਹੁਣ ਕਿਸਾਨਾਂ ਦੇ ਵੱਲੋਂ ਕਾਂਗਰਸੀ ਮੰਤਰੀਆਂ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ। ਗੱਲ ਵਿਧਾਨ ਸਭਾ ਹਲਕਾ ਨਾਭਾ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕਰਦਿਆਂ, ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਹਲਕੇ ਦੇ ਪਿੰਡ ਚਾਲ ਵਿਖੇ ਸੜਕ ਦਾ ਉਦਘਾਟਨ ਕਰਨ ਪਹੁੰਚੇ ਸੀ, ਜਿੱਥੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਨੇ ਵੀ ਆਉਣਾ ਸੀ, ਪਰ ਉਹਨਾਂ ਦੇ ਵੱਲੋਂ ਆਪਣਾ ਪ੍ਰੋਗਰਾਮ ਮੌਕੇ 'ਤੇ ਕੈਂਸਲ ਕਰ ਦਿੱਤਾ ਗਿਆ। ਮੰਤਰੀ ਧਰਮਸੋਤ ਸੜਕ ਦਾ ਉਦਘਾਟਨ ਕਰਨ ਪਹੁੰਚੇ ਤਾਂ ਪਹਿਲਾਂ ਤੋਂ ਹੀ ਤਿਆਰੀ ਕਰੀ ਬੈਠੇ ਕਿਸਾਨਾਂ ਦੇ ਵੱਲੋਂ ਧਰਮਸੋਤ ਦੇ ਨੇੜੇ ਜਾ ਕੇ ਉਹਨਾਂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ, ਅਤੇ ਨਾ ਹੀ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਰਾਜਨੀਤਿਕ ਲੀਡਰਾਂ ਨੇ ਉਹਨਾਂ ਦਾ ਸਾਥ ਦਿੱਤਾ। ਇਸ ਮੌਕੇ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਵੀ ਤੈਨਾਤ ਸੀ। ਪੁਲਿਸ ਵੱਲੋਂ ਬੜੀ ਮੁਸ਼ਕਲ ਦੇ ਨਾਲ ਕਿਸਾਨਾਂ ਨੂੰ ਸ਼ਾਂਤ ਕਰਵਾਇਆ ਗਿਆ।
30 ਸਾਲਾਂ ਦੀ ਸੜਕ ਨੂੰ ਲੋਕ ਤਰਸ ਰਹੇ ਸੀ ਇਲਾਕੇ ਦੇ ਖੱਲਾ ਮੰਡੀ ਪੈਂਦੀ ਆ 40 ਪਿੰਡਾਂ ਦੀ ਸੜਕ ਇਹ 9 ਕਰੋੜ ਰੁਪਈਆ ਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਇਹ ਸੜਕ ਪਵਾਈ ਹੈ ਇਹ ਕੰਮ ਚਾਲੂ ਹੋ ਗਿਆ ਕੰਮ ਚਾਲੂ ਹੋਣ ਤੋਂ ਬਾਅਦ ਅੱਜ ਅਸੀਂ ਨੈਗੋਰੇਸ਼ਨ ਕੀਤੀ ਹੈ ਉਦਘਾਟਨ ਕੀਤਾ ਹੈ ਔਰ ਆਮ ਪਾਰਟੀ ਦੇ ਬੰਦੇ ਕੁਝ ਸ਼ਰਾਰਤੀ ਬੰਦੇ ਕਿਸਾਨ ਯੂਨੀਅਨ ਦੇ ਜਿਨ੍ਹਾਂ ਨੂੰ ਡਿਵੈਲਪਮੈਂਟ ਚੰਗੀ ਨਹੀਂ ਲੱਗਦੀ ਜਿਨ੍ਹਾਂ ਨੂੰ ਕੰਮ ਹੁੰਦਾ ਚੰਗਾ ਨਹੀਂ ਲੱਗਦਾ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ 40 ਪਿੰਡਾਂ ਦੇ ਲੋਕ 30 ਸਾਲ ਤੋਂ ਤਰਸਦੇ ਸੀ ਸੜਕ ਨੂੰ ਅੱਜ 9 ਕਰੋੜ ਰੁਪਈਆ ਲਾ ਕੇ ਕੰਮ ਚਾਲੂ ਹੋਇਆ ਅੱਜ ਇਹਨਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਭਾਈ ਇਹਨਾਂ ਨੇ ਰੌਲਾ ਪਾਉਣਾ ਅਸੀਂ ਕੰਮ ਕਰਨਾ ਬਸ ਬਿਜਲੀ ਦੀ ਜਿਹੜੀ ਗੱਲ ਆ ਮੈਂ ਇਹਨਾਂ ਨੂੰ ਆ ਕੇ ਦੱਸਤਾ ਮੇਰੇ ਇਲਾਕੇ ਦੇ ਪਿੰਡ ਦੇ ਮੈਂ ਇਹਨਾਂ ਨੂੰ ਆ ਕੇ ਸਿੱਧਾ ਮਿਲਿਆ ਆ ਕੇ ਮੇਰੀ ਚੇਅਰਮੈਨ ਨਾਲ ਗੱਲ ਹੋਈ ਆ ਪਾਖੜਾ ਡੈਮ ਦੇ 2 ਜਿਹੜੇ ਸੀਗੇ ਉਹ ਯੂਨਿਟ ਖਰਾਬ ਹੋਏ ਨੇ ਅੱਜ ਸ਼ਾਮ ਤੱਕ ਠੀਕ ਹੋ ਜਾਣੇ ਨੇ ਕੱਲ੍ਹ ਤੋਂ ਰੈਗੂਲਰ ਬਿਜਲੀ ਹੋ ਜਾਏਗੀ ਬਸ ਅੱਜ ਦਾ ਇੱਕ ਤਾਂ ਜਿਹੜੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਪਵਨ ਬਾਣੀ ਨੂੰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਇੱਕ ਤਾਂ ਉਹ ਪੁੱਛਣੇ ਨੇ ਵੀ ਇਕੱਲਾ ਵਾਅਦਾ ਜਿਹੜਾ ਪੂਰਾ ਹੋ ਗਿਆ ਇੱਕ ਵੱਡੀ ਗੱਲ ਹੈ ਜਿਹੜੀ ਕਿਸਾਨ ਹਤੈਸੀ ਹੋਣ ਦੀ ਗੱਲ ਕਰਦੀ ਹੈ ਕਾਂਗਰਸ ਸਰਕਾਰ ਅਸੀਂ ਸਾਧੂ ਸਿੰਘ ਧਰਮਸੋਤ ਨੂੰ ਜਦੋਂ ਇਹ ਸੰਘਰਸ਼ ਚਾਲੂ ਹੋਇਆ ਜਦੋਂ ਇਹ ਸੰਘਰਸ਼ ਵਿੱਢਿਆ ਗਿਆ ਇਸ ਸੰਘਰਸ਼ ਤੋਂ ਪਹਿਲਾਂ ਮੈਮੋਰੈਂਡਮ ਦਿੱਤੇ ਸੀਗੇ ਜਿੰਨੇ ਵੀ ਸਾਡੇ ਵਿਧਾਇਕ ਸੀ ਵੀ ਸਾਡੀ ਗੱਲ ਤੁਸੀਂ ਦਿੱਲੀ ਜਾ ਕੇ ਕਰੋ ਅਤੇ ਅਸੀਂ ਉਹਨਾਂ ਨੂੰ ਮੈਮੋਰੈਂਡਮ ਦੇਣ ਗਏ ਸੀ ਇਸ ਸਾਧੂ ਸਿੰਘ ਧਰਮਸੋਤ ਨੇ ਸਾਨੂੰ ਪਹਿਲਾਂ ਤਾਂ 200 ਮੀਟਰ ਆਪਣੀ ਕੋਠੀ ਤੋਂ ਪਿੱਛੇ ਰੋਕਿਆ ਨਾ ਕੋਈ ਚਾਹ ਨਾ ਕੋਈ ਪਾਣੀ ਅਸੀਂ ਭੁੱਖੇ ਉੱਥੇ 2 ਘੰਟੇ ਗਰਮੀ ਦੇ ਵਿੱਚ ਬਹਿ ਕੇ ਉੱਥੋਂ ਮੁੜ ਕੇ ਆਏ ਹਾਂ ਸੋ ਸਾਡਾ ਮੇਨ ਮੋਟਿਵ ਇਹ ਆ ਵੀ ਜਿੱਥੇ ਵੀ ਇਹ ਜਾਊਗਾ ਇਹਨੂੰ ਇਹ ਚੀਜ਼ ਯਾਦ ਕਰਾ ਦਿੱਤੀ ਜਾਊਗੀ ਵੀ ਤੂੰ ਸਾਡੇ ਕੋਲ ਵੋਟਾਂ ਲੈਣ ਘਰ 'ਚ ਆਉਣਾ ਇਹਨੂੰ ਕਾਜੂਆਂ ਦੀ ਪਲੇਟ ਦਿੰਦੇ ਨੇ ਸਾਡੇ ਲੋਕ ਜਿਹੜੇ ਨਾਲ ਹੀ ਸਾਡੇ ਪਿੰਡ ਵਾਲਿਆਂ ਦੀ ਗੱਲ ਕਰਦਾ ਮੈਂ ਵਿੱਚ ਉਹ ਇਹਨਾਂ ਨੂੰ ਕਾਜੂਆਂ ਦੀ ਪਲੇਟ ਪਰੋਸਦੇ ਨੇ ਜਦੋਂ ਅਸੀਂ ਇਹਨਾਂ ਕੋਲ ਧਰਨੇ ਲਾਉਣ ਜਾਂਦੇ ਹਾਂ ਜਾਂ ਇਹਨਾਂ ਨੂੰ ਕੋਈ ਮੈਮੋਰੈਂਡਮ ਦੇਣ ਜਾਂਦੇ ਹਾਂ ਇਹ ਕੀ ਕਰਦੇ ਨੇ ਇਹ ਸਾਨੂੰ ਉੱਥੋਂ ਧੁੱਪੇ ਬਿਠਾ ਕੇ ਤੋਰਦੇ ਨੇ ਗੱਲ ਦੂਈ ਬਾਦਲ ਕੇਰਾਂ ਕੈਪਟਨ ਬਾਦਲ ਦੇ ਘਰੇ ਗਿਆ ਧਰਨੇ ਲਾਉਣ ਉਹਨੂੰ ਠੰਡਾ ਪਾਣੀ ਉਹਦੀ ਸੇਵਾ ਕੀਤੀ ਗਈ ਕਿਉਂ ਜੀ ਅਸੀਂ ਵੋਟਾਂ ਨਹੀਂ ਪਾਈਆਂ ਇਹਨਾਂ ਨੂੰ ਸਾਨੂੰ ਉੱਥੇ ਧੁੱਪ 'ਚ ਤੱਤੀ ਧੁੱਪ 'ਚ ਬਿਠਾ ਕੇ ਇਹਨਾਂ ਨੇ ਭੇਜਿਆ ਕੌਣ ਜ਼ਿੰਮੇਵਾਰ ਹੈ ਇਹ ਚੀਜ਼ ਪੁੱਛਣਾ ਚਾਹੁੰਦੇ ਹਾਂ ਅਸੀਂ ਇਹ ਕਿਸਾਨ ਹੱਤ ਆਵਾਜ਼ੀ ਕੌਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।